ਦੇਸ਼ ਵਿਰੋਧੀ ਏਜੰਸੀਆਂ ਦੇ ਇਸ਼ਾਰੇ ਉੱਤੇ ਸੁਖਬੀਰ ਬਾਦਲ, ਹਰਸਿਮਰਤ ਬਾਦਲ ਅਤੇ ਅਕਾਲੀ ਦਲ ਹਰ 6 ਮਹੀਨੇ ਬਾਅਦ ਪਾਰਲੀਮੈਂਟ ਵਿੱਚ ਪ੍ਰਧਾਨ ਮੰਤਰੀ ਜੀ ਨੂੰ ਬਾਰ ਬਾਰ ਚਿੱਠੀ ਲਿਖ ਕੇ ਉਸ ਅੱਤਵਾਦੀ ਦੀ ਰਿਹਾਈ ਦੀ ਮੰਗ ਕਰ ਰਿਹਾ ਹੈ ਜਿਸ ਨੇ ਪੰਜਾਬ ਦੇ ਇੱਕ ਮੁੱਖ ਮੰਤਰੀ ਦੇ ਨਾਲ ਨਾਲ 17 ਹੋਰ ਵਿਅਕਤੀਆਂ ਨੂੰ ਬੰਬ ਨਾਲ ਸ਼ਹੀਦ ਕਰ ਦਿੱਤਾ ਸੀ। ਸੁਖਬੀਰ ਬਾਦਲ ਦੱਸਣ ਕਿ ਇਹੋ ਜਿਹੀ ਕਿਹੜੀ ਮਜਬੂਰੀ ਹੈ ਕਿ ਉਹਨਾਂ ਨੂੰ ਵਾਰ ਵਾਰ ਇਹੋ ਜਿਹੀ ਮੰਗ ਚੁੱਕਣੀ ਪੈ ਰਹੀ ਹੈ। ਹੁਣ ਤਾਂ ਇੱਦਾਂ ਲੱਗ ਰਿਹਾ ਹੈ ਕਿ ਸੁਖਬੀਰ ਬਾਦਲ ਮੇਰਾ ਅਤੇ ਮੇਰੇ ਪਰਿਵਾਰ ਦਾ ਜਾਨੀ ਨੁਕਸਾਨ ਕਰਵਾਉਣਾ ਚਾਹੁੰਦੇ ਨੇ। ਮੈਂ ਪ੍ਰਧਾਨ ਮੰਤਰੀ ਜੀ ਅਤੇ ਗ੍ਰਹਿ ਮੰਤਰੀ ਜੀ ਨੂੰ ਚਿੱਠੀ ਲਿਖ ਕੇ ਇਹਨਾਂ ਦੇ ਮਨਸੂਬਿਆਂ ਦੀ ਗੰਭੀਰਤਾ ਨਾਲ ਜਾਂਚ ਕਰਨ ਦੀ ਮੰਗ ਕਰਾਂਗਾ। ਸੋ ਰਵਨੀਤ ਬਿੱਟੂ ਨੇ ਸੁਖਬੀਰ ਬਾਦਲ 'ਤੇ ਵੱਡਾ ਹਮਲਾ ਕੀਤਾ ਹੈ। ਫੋਨ ਲਾਈਨ 'ਤੇ ਸਾਡੇ ਨਾਲ ਇਸ ਸਮੇਂ ਮੌਜੂਦ ਨੇ ਸਿਆਸੀ ਮਾਮਲਿਆਂ ਦੇ ਮਾਹਿਰ ਪਵਨਦੀਪ ਸ਼ਰਮਾ ਜੀ। ਸ਼ਰਮਾ ਜੀ, ਬਿੱਟੂ ਨੇ ਟਵੀਟ ਕਰਕੇ ਸੁਖਬੀਰ ਬਾਦਲ ਦੇ ਜੋ ਸਵਾਲ ਉਠਾਏ ਨੇ ਉਹਨਾਂ ਨੂੰ ਲੈ ਕੇ ਤੁਹਾਡਾ ਕੀ ਕਹਿਣਾ ਹੈ? ਦੇਖੋ, ਪੰਜਾਬ ਦੇ ਵਿੱਚ ਰਾਜਨੀਤਿਕ ਸਥਿਤੀ ਕਦੀ ਧਾਰਮਿਕ ਰੰਗ ਅਖਤਿਆਰ ਕਰਦੀ ਹੈ, ਕਦੀ ਸਮਾਜਿਕ ਰੰਗ ਅਖਤਿਆਰ ਕਰਦੀ ਹੈ, ਔਰ ਕਦੀ ਵੱਖ ਵੱਖ ਜਿਹੜੇ ਰੰਗ ਰੂਪ ਹੈਗੇ ਆ ਰਾਜਨੀਤੀ ਦੇ, ਸਮੇਂ ਸਮੇਂ ਸਿਰ ਸਟ੍ਰੈਟਜੀ ਜਿਹੜੀ ਆ ਉਹ ਬਦਲਦੀਆਂ ਜਾਂਦੀਆਂ। ਜਿੱਥੇ ਸ਼੍ਰੋਮਣੀ ਅਕਾਲੀ ਦਲ ਬਾਦਲ ਪੰਥਕ ਪਾਰਟੀ ਖੁਦ ਨੂੰ ਅਖਵਾਉਂਦਾ ਹੈਗਾ ਤੇ ਆਉਣ ਵਾਲੇ ਸਮੇਂ ਦੇ ਵਿੱਚ SGPC ਦੇ ਵਿੱਚ ਇੱਕ ਵਾਰ ਫੇਰ ਉਹਨਾਂ ਦੀ ਨਜ਼ਰ ਹੈਗੀ ਆ, ਔਰ ਹੋਰ ਵੀ ਪਾਰਟੀਆਂ ਜਿਹੜੀਆਂ ਏਦਾਂ ਦਾ ਰੁਖ ਕਰਦੀਆਂ ਨੇ ਕਿ ਧਾਰਮਿਕ ਮਾਮਲਿਆਂ ਦੇ ਗ੍ਰਿਫਤ ਦੇ ਵਿੱਚੋਂ ਜਿਹੜਾ ਜਿਸ ਤਰ੍ਹਾਂ ਸਮਝਿਆ ਜਾਂਦਾ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਜਿਹੜੀ ਹੈਗੀ ਉਹਦੀ ਬੜੀ ਪਕੜ ਹੈ ਇਹਨਾਂ ਸਿੱਖ ਜਥੇਬੰਦੀਆਂ ਦੇ ਉੱਤੇ, ਸਿੱਖ ਮਸਲਿਆਂ ਦੇ ਉੱਪਰ, ਤੇ ਉਹਨਾਂ ਨੂੰ ਕਿਸ ਤਰ੍ਹਾਂ ਉਹਦੇ ਉੱਤੋਂ ਡੀ ਕੰਟਰੋਲ ਕੀਤਾ ਜਾਵੇ। ਸੋ ਇਸ ਤਹਿਤ ਜਿੱਥੇ ਉਹਨਾਂ ਦੀ ਆਪਣੀ ਡਿਊਟੀ ਬਣਦੀ ਹੈ ਕਿ ਉਹ ਸਿੱਖ ਮਸਲਿਆਂ ਉੱਤੇ ਗੱਲ ਕਰਨ, ਰਾਜਵਾਣਾ ਦੀ ਰਿਹਾਈ ਦੇ ਉੱਤੇ ਗੱਲ ਕਰਨ, ਬੰਦੀ ਸਿੰਘਾਂ ਦੇ ਉੱਤੇ ਗੱਲ ਕਰਨ, ਔਰ ਵੱਖ ਵੱਖ ਜਿਹੜੇ ਇਦਾਂ ਦੇ ਇਸ਼ੂਜ਼ ਹੈਗੇ ਉਹਨੂੰ ਐਡਰੈਸ ਕਰਨ ਔਰ ਡਿਲੀਵਰ ਕਰਵਾਉਣ। ਉੱਥੇ ਹੀ ਜਿਹੜੀਆਂ ਦੂਸਰੀਆਂ ਪਾਰਟੀਆਂ ਹੈਗੀਆਂ, ਚਾਹੇ ਕਾਂਗਰਸ ਪਾਰਟੀ ਦੀ ਗੱਲ ਕਰੀਏ, ਉਹਨਾਂ ਦੀ ਆਪਣੀ ਡਿਊਟੀ ਬਣਦੀ ਹੈ। ਉਹਨਾਂ ਦੇ ਲੀਡਰਾਂ ਦੇ ਨਿੱਜੀ ਬਿਆਨ ਵੀ ਹੁੰਦੇ ਆ ਕਿ ਇੱਦਾਂ ਦੇ ਲੀਡਰਾਂ ਨੂੰ ਜਿਹੜੀ ਆ ਰਿਹਾਈ ਨਹੀਂ ਮਿਲਣੀ ਚਾਹੀਦੀ। ਜੋ ਲਾਅ ਐਂਡ ਆਰਡਰ ਦਾ ਜੋ ਪ੍ਰੋਸੈਸ ਹੈਗਾ, ਜੋ ਲਾਅ ਆਪਣੇ ਤੌਰ ਤਰੀਕੇ ਦੇ ਨਾਲ ਚੱਲੇ, ਜੋ ਵਾਜਿਬ ਚੀਜ਼ ਬਣਦੀ ਹੈਗੀ ਆ, ਉਸੇ ਤਰੀਕੇ ਦੇ ਨਾਲ ਹੀ ਜਿਸ ਨੂੰ ਸਜ਼ਾ ਮਿਲਣੀ ਉਸਨੂੰ ਸਜ਼ਾ ਮਿਲਣੀ, ਜਿਸ ਨੂੰ ਰਿਹਾ ਕਰਨਾ ਉਸਨੂੰ ਰਿਹਾ ਕੀਤਾ ਜਾਵੇ, ਜਿਸ ਨੂੰ ਜੇਲ੍ਹ ਦੇ ਵਿੱਚ ਰੱਖਣਾ ਬਣਦਾ ਉਸਨੂੰ ਜੇਲ੍ਹ ਦੇ ਵਿੱਚ ਰਖਾਇਆ ਜਾਵੇ। ਸੋ ਇਸ ਤਰੀਕੇ ਨਾਲ ਸਮਝਣ ਵਾਲੀ ਗੱਲ ਹੁੰਦੀ ਹੈ ਕਿ ਹਰੇਕ ਪਾਰਟੀ ਦਾ ਆਪੋ ਆਪਣਾ ਸਟੈਂਡ ਹੁੰਦਾ, ਜਿਸ ਵੀ ਪਾਰਟੀ ਲੀਡਰ ਨੂੰ ਜਿਹੜੀ ਗੱਲ ਆਪਣੇ ਉਸ ਵੇਲੇ ਹਾਲਾਤਾਂ ਲਈ ਸੂਟ ਕਰਦੀ ਹੁੰਦੀ ਹੈ ਉਸ ਤਰ੍ਹਾਂ ਦੇ ਬਿਆਨ ਦਿੰਦੇ ਨੇ। ਰਵਨੀਤ ਸਿੰਘ ਬਿੱਟੂ ਹੋਣਾ ਨੇ ਚੋਣਾਂ ਤੋਂ ਪਹਿਲਾਂ ਵੀ ਇਹ ਗੱਲ ਕੀਤੀ ਸੀ ਕਿ ਜੇ ਕੇਂਦਰ ਸਰਕਾਰ ਕਾਨੂੰਨ ਜਿਹੜੇ ਆ ਕਿਸਾਨੀ ਕਾਨੂੰਨ ਵਾਪਸ ਲੈਂਦੀ ਆ, ਜਾਂ ਏਦਾਂ ਦੀਆਂ ਗੱਲਾਂ ਕੀਤੀਆਂ ਸੀ ਉਹਨਾਂ ਨੇ ਕਿ ਖੁਦ ਜਾ ਕੇ ਉਹਨਾਂ ਨੂੰ ਬੰਦੀ ਸਿੰਘਾਂ ਦੀ ਰਿਹਾਈ ਦਾ ਮਸਲਾ ਵੀ ਗੱਲ ਕਰਨਗੇ, ਰਾਜਵਾਣਾ ਦੀ ਵੀ ਉਹ ਗੱਲ ਕਰਨਗੇ। ਸੋ ਚੋਣਾਂ ਬੀਤ ਗਈਆਂ, ਕਿਸਾਨੀ ਅੰਦੋਲਨ ਵਾਪਸ ਹੋ ਗਏ, ਫਿਰ ਉਹਨਾਂ ਦਾ ਰੁਖ ਜਿਹੜਾ ਇਸ ਵੇਲੇ ਸੁਖਬੀਰ ਬਾਦਲ ਉੱਤੇ ਬੜਾ ਸਖ਼ਤ ਹੋ ਗਿਆ ਕਿ ਉਹਨਾਂ ਨੇ ਇੱਕ ਬਿਆਨ ਜਿਹੜਾ ਜਾਰੀ ਕੀਤਾ ਜਿਹਦੇ ਵਿੱਚ ਰਾਜਵਾਣਾ ਨੂੰ ਰਿਹਾ ਕਰਨ ਦੀ ਗੱਲ ਕੀਤੀ। ਉਹਦੇ ਵਿੱਚ ਉਹਨਾਂ ਨੇ ਕਿਹਾ ਕਿ ਉਹਨਾਂ ਨੂੰ ਸੁਖਬੀਰ ਸਿੰਘ ਬਾਦਲ ਦੀ ਜਿਹੜੀ ਸਟ੍ਰੈਟਜੀਜ਼ ਹੈਗੀ ਆ, ਜਿਹੜੇ ਤੌਰ ਤਰੀਕੇ ਹੈਗੇ ਆ, ਜਦਕਿ ਉਹਨਾਂ ਕੋਲੋਂ ਜਿਹੜੀ ਏਦਾਂ ਦੇ ਹਾਲਾਤ ਕ੍ਰੀਏਟ ਕਰ ਰਹੇ ਨੇ ਕਿ ਉਹਨਾਂ ਦੇ ਪਰਿਵਾਰ ਨੂੰ ਜਾਨੋ ਮਾਰਨ ਦਾ ਜਿਹੜਾ ਖਤਰਾ, ਜਿਹੜਾ ਖਰਚਾ ਉਹਨਾਂ ਨੇ ਜਤਾਇਆ ਹੈਗਾ। ਸੋ ਇਹ ਲੀਡਰਾਂ ਦੀ ਆਪਸੀ ਖਿੱਚੋਤਾਣ ਇਹਦੇ ਵਿੱਚ, ਜਿਸ ਵੀ ਲੀਡਰ ਨੂੰ ਜਿਹੜੀ ਗੱਲ ਜਿਸ ਵੇਲੇ ਸੂਟ ਕਰਦੀ ਹੁੰਦੀ ਆ, ਜਿਹੜੇ ਹਾਲਾਤਾਂ ਦੇ ਨਾਲ ਸੂਟ ਕਰਦੀ ਹੁੰਦੀ ਆ, ਉਹ ਉਦਾਂ ਦੇ ਬਿਆਨ ਜਿਹੜੇ ਦਿੰਦੇ ਹੁੰਦੇ ਆ। ਸੋ ਇਸ ਕਰਕੇ ਓਵਰਆਲ ਜੇ ਅਸੀਂ ਜਨਰਲ ਇੱਕ ਨਾਗਰਿਕ ਵਜੋਂ, ਜ਼ਿੰਮੇਵਾਰ ਨਾਗਰਿਕ ਵਜੋਂ, ਚ ਨਿਊਟਰਲ ਤਰੀਕੇ ਨਾਲ ਦੇਖੀਏ, ਦੇਸ਼ ਦਾ ਕਾਨੂੰਨ ਜਿਹੜਾ ਸਰਵੋਪਰੀ ਹੁੰਦਾ ਹੈ। ਜੋ ਦੇਸ਼ ਦਾ ਕਾਨੂੰਨ ਕਹਿੰਦਾ, ਕਾਨੂੰਨ ਜਿਹੜਾ ਉਹ ਕਿਸੇ ਵੀ ਵਿਅਕਤੀ ਵਿਸ਼ੇਸ਼ ਦੇ ਉੱਤੋਂ ਬਹੁਤ ਵੱਡਾ ਹੁੰਦਾ, ਕਿਸੇ ਵੀ ਪਾਰਟੀ ਵਿਸ਼ੇਸ਼ ਤੋਂ ਬੜਾ ਵੱਡਾ ਹੁੰਦਾ, ਕਿਸੇ ਵੀ ਵੱਡੇ ਤੋਂ ਵੱਡੇ ਵਿਅਕਤੀ ਤੋਂ ਬਹੁਤ ਵੱਡਾ ਹੁੰਦਾ। ਕਾਨੂੰਨ ਜਿਹੜਾ ਉਹ ਸਰਵੋਪਰੀ ਹੈਗਾ, ਜੋ ਕਾਨੂੰਨ ਦੇ ਰਸਤੇ ਦੇ ਵਿੱਚ ਸੱਚਾਈ ਦਾ ਰਸਤਾ ਹੈਗਾ ਉਹਨੂੰ ਹੀ ਅਖਤਿਆਰ ਕਰਕੇ ਜਿਹੜੇ ਡਿਸੀਜਨ ਲੈਣੇ ਚਾਹੀਦੇ ਆ। ਇੱਦਾਂ ਦੇ ਕੋਈ ਵੀ ਡਿਸੀਜਨ ਕਦੀ ਨਹੀਂ ਲੈਣੇ ਚਾਹੀਦੇ ਜਿਹੜੇ ਕਿਸੇ ਖਾਸ ਵਰਗ ਨੂੰ ਮੁਤਾਸਰ ਕਰ ਸਕਦੇ ਹੋਣ, ਜਾਂ ਸਮਾਜ ਦੇ ਵਿੱਚ ਕਿਸੇ ਤਰ੍ਹਾਂ ਦਾ ਪਾੜਾ ਪੈ ਜਾਵੇ, ਜਾਂ ਕਿਸੇ ਖਾਸ ਵਰਗ ਦੇ ਵਿੱਚ ਇਹ ਉਹਨਾਂ ਦੀ ਮਨੋਦਸ਼ਾ ਬਣ ਜਾਏ ਕਿ ਫਲਾਣੇ ਵਿਅਕਤੀਆਂ ਨੂੰ ਜਿਹੜਾ ਉਹ ਜ਼ਿਆਦਾ ਪੈਂਪਰ ਕੀਤਾ ਜਾ ਰਿਹਾ, ਔਰ ਜਿਹੜੇ ਫਲਾਣੇ ਵਰਗ ਨੂੰ ਨਿਗਲੈਕਟ ਕੀਤਾ ਜਾ ਰਿਹਾ। ਸੋ ਇਹ ਸਾਰੀਆਂ ਗੱਲਾਂ ਜਿਹੜੀਆਂ ਜਿਹੜੀਆਂ ਸਰਕਾਰਾਂ ਹੁੰਦੀਆਂ, ਕਾਨੂੰਨ ਹੁੰਦਾ, ਉਹਨਾਂ ਨੇ ਲਾਅ ਐਂਡ ਆਰਡਰ ਦੀ ਸਥਿਤੀ ਵੀ ਵੇਖਣੀ ਹੁੰਦੀ ਹੈ। ਪੰਜਾਬ ਇੱਕ ਬਾਰਡਰ ਸਟੇਟ ਹੈਗੀ ਆ, ਇਹਦੇ ਸਾਰੇ ਹਾਲਾਤ ਲਾਅ ਐਂਡ ਆਰਡਰ ਦੇ ਬੜੇ ਕ੍ਰਿਟੀਕਲ ਇਸ ਵੇਲੇ ਹੈਗੇ ਨੇ। ਸੋ ਇਸ ਕਰਕੇ ਇਸ ਸਟੇਜ ਦੇ ਉੱਤੇ ਰਾਜਨੀਤਿਕ ਮਸਲਿਆਂ ਦੇ ਵਿੱਚ ਖੁਦ ਕੋਈ ਲਾਹੇ ਲੈਣ ਵਾਸਤੇ, ਚਾਹੇ ਪੰਥਕ ਲਾਹੇ ਹੋਣ, ਚਾਹੇ ਰਾਜਨੀਤਿਕ ਲਾਹੇ ਹੋਣ, ਚਾਹੇ ਸਮਾਜਿਕ ਲਾਹੇ ਹੋਣ, ਕਿਸੇ ਵੀ ਪਾਰਟੀ ਦਾ ਕੋਈ ਲੀਡਰ ਹੋਵੇ, ਉਹਨੂੰ ਇਹਨਾਂ ਗੱਲਾਂ ਨੂੰ ਦਰਕਿਨਾਰ ਕਰਕੇ ਸਿਰਫ ਪੰਜਾਬ ਦੀ ਡਿਵੈਲਪਮੈਂਟ, ਪੰਜਾਬ ਦੇ ਲੋਕਾਂ ਦੀ ਖੁਸ਼ਹਾਲੀ, ਇਸ ਤਰ੍ਹਾਂ ਪੰਜਾਬ ਦੇ ਵਿੱਚ ਅਮਨ ਸ਼ਾਂਤੀ ਜਿਹੜੀ ਉਹ ਬਣਾਈ ਰੱਖਣੀ ਹੈ, ਉਹ ਗੱਲਾਂ ਵੱਲ ਜਿਹੜਾ ਬਿਹਤਰ ਧਿਆਨ ਦੇਣਾ ਚਾਹੀਦਾ।
ਪਵਨ ਜੀ, ਤੁਹਾਨੂੰ ਕੀ ਲੱਗਦਾ ਕਿ ਬੀਜੇਪੀ ਦੇ ਇਸ ਤਾਂ ਕੀ ਸਟੈਂਡ ਹੋਏਗਾ ਇਸ ਮੁੱਦੇ ਤੇ? ਦੇਖੋ ਬੀਜੇਪੀ ਦਾ ਵੀ ਫਿਰ ਕੋਈ ਉਹੋ ਜਿਹੀ ਪਾਰਟੀ, ਕੋਈ ਵੀ ਸਿਆਸੀ ਪਾਰਟੀ ਆ, ਇੱਕ ਗੱਲ ਯਾਦ ਰੱਖਣ ਵਾਲੀ ਹੁੰਦੀ ਆ, ਇਹਨਾਂ ਦਾ ਕਦੀ ਵੀ ਕੋਈ ਸਟੈਂਡ ਨਹੀਂ ਹੁੰਦਾ। ਇਹਨਾਂ ਦਾ ਸਟੈਂਡ, ਇਹਨਾਂ ਦੀ ਸਟ੍ਰੈਟਜੀਜ਼, ਇਹਨਾਂ ਦੇ ਜਿਹੜੇ ਵਕਤਵਯ ਹੁੰਦੇ ਆ, ਬਿਆਨ ਹੁੰਦੇ ਆ, ਸਮੇਂ ਸਮੇਂ ਸਿਰ ਹਾਲਾਤਾਂ ਦੇ ਅਨੁਸਾਰ ਬਦਲਦੇ ਜਾਂਦੇ ਆ। ਚੋਣਾਂ ਤੋਂ ਪਹਿਲਾਂ ਇਹਨਾਂ ਦੀ ਕੋਈ ਹੋਰ ਕਹਿਣੀ ਕਥਨੀ ਹੁੰਦੀ ਹੈ, ਚੋਣਾਂ ਤੋਂ ਬਾਅਦ ਇਹਨਾਂ ਦੀ ਕੋਈ ਹੋਰ ਕਹਿਣੀ ਕਥਨੀ ਹੁੰਦੀ ਹੈ। ਜੇ ਤੁਸੀਂ ਸਟੈਂਡ ਦੀ ਗੱਲ ਕਰਦੇ ਹੋ ਤੇ ਰਾਜੋਆਣਾ ਦੀ ਜਾਂ ਬਲਦੀ ਸਿੰਘਾਂ ਦੀ ਰਿਹਾਈ ਦਾ ਮਸਲਾ ਕੋਈ ਅੱਜ ਕੱਲ ਦੇ ਵਿੱਚ ਹੀ ਨਹੀਂ ਚੱਲ ਰਿਹਾ। ਇਹ ਬੜੇ ਲੰਮੇ ਸਮੇਂ ਤੋਂ ਲੋਕਾਂ ਦੀ ਮੰਗ ਹੈਗੀ ਆ, ਬੜੇ ਲੰਮੇ ਸਮੇਂ ਤੋਂ ਵੱਖ ਵੱਖ ਸਿਆਸੀ ਲੀਡਰ, ਸਿਆਸੀ ਪਰਸਨੈਲਿਟੀਜ਼ ਔਰ ਧਾਰਮਿਕ ਸ਼ਖਸੀਅਤਾਂ ਨੇ ਵੀ ਇਹ ਗੱਲ ਕੀਤੀ ਆ ਕਿ ਉਹਨਾਂ ਨੂੰ ਰਿਹਾਵਾ ਕੀਤਾ ਜਾਵੇ। ਸੋ ਇਸ ਕਰਕੇ ਜੇ ਪਹਿਲਾਂ ਹੀ ਇਹਦੇ ਵਿੱਚ ਕੋਈ ਇੱਦਾਂ ਦੀ ਪ੍ਰੋਸੀਡਿੰਗ ਜਿਹੜੀ ਉਹ ਨਹੀਂ ਕੀਤੀ ਗਈ, ਚਾਹੇ ਉਹ ਕਦੇ ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ ਦੀ ਗੱਲ ਕਰ ਦਿੰਦੇ ਆ, ਕਿਤੇ ਫਿਰ ਕੇਂਦਰੀ ਸਰਕਾਰ ਦੀ ਗੱਲ ਕਰ ਦਿੰਦੇ ਆ, ਕੇਂਦਰੀ ਪਾਰਟੀਆਂ ਦੀ ਗੱਲ ਕਰ ਦਿੰਦੇ ਆ, ਜੇ ਤੇ ਅੱਜ ਜਾਂ ਕੱਲ੍ਹ ਇਹ ਗੱਲ ਹੋਈ ਹੁੰਦੀ ਤੇ ਸਮਝ ਆਉਂਦਾ ਸੀ ਕਿ ਉਹਨਾਂ ਦਾ ਸਟੈਂਡ ਅਗਲਾ ਕੀ ਹੋਣਾ। ਇਹ ਬੜੇ ਲੰਮੇ ਸਮੇਂ ਤੋਂ ਗੱਲ ਚੱਲਦੀ ਆ ਰਹੀ ਹੈ। ਸਟੈਂਡ ਕਿਸੇ ਵੀ ਪੋਲੀਟੀਕਲ ਲੀਡਰ ਦਾ ਕੋਈ ਨਹੀਂ ਹੁੰਦਾ, ਸਟੈਂਡ ਕਿਸੇ ਵੀ ਪੋਲੀਟੀਕਲ ਪਾਰਟੀ ਦਾ ਕੋਈ ਨਹੀਂ ਹੁੰਦਾ। ਜੇ ਸਟੈਂਡ ਹੋਣਾ ਹੁੰਦਾ ਜਾਂ ਇਹ ਗੱਲਾਂ ਇੰਨੀਆਂ ਪੁਰਾਣੀਆਂ ਚੱਲਦੀਆਂ ਆ ਰਹੀਆਂ ਤੇ ਇੱਕ ਤਰਫਾ ਕੋਈ ਗੱਲ ਕਰਕੇ ਲੋਕਾਂ ਨੂੰ ਸਾਹਮਣੇ ਰੱਖ ਦਿੰਦੇ ਗੱਲ, ਲੋਕਾਂ ਨੂੰ ਦੁੱਧ ਦਾ ਦੁੱਧ, ਪਾਣੀ ਦਾ ਪਾਣੀ ਕਰ ਦਿੰਦੇ, ਲੋਕਾਂ ਨੂੰ ਡਿਸੀਜਨ ਜਿਹੜਾ ਉਹ ਦੇ ਦਿੰਦੇ। ਜੇ ਉਹਨਾਂ ਨੂੰ ਰਿਹਾ ਕਰਨਾ ਤਾਂ ਰਿਹਾ ਕਰਦੇ, ਜੇ ਉਹਨਾਂ ਨੂੰ ਬੰਦੀ ਬਣਾ ਕੇ ਰੱਖਣਾ, ਜੇਲ੍ਹ ਦੇ ਵਿੱਚ ਰੱਖਣਾ ਤੇ ਉਸ ਤਰ੍ਹਾਂ ਰੱਖਦੇ। ਸੋ ਇਸ ਕਰਕੇ ਇਹ ਲੰਮੇ ਸਮੇਂ ਤੋਂ ਚੱਲ ਰਹੀਆਂ ਆ ਰਹੀਆਂ ਮੰਗਾਂ ਜਿਹੜੀਆਂ ਹੈਗੀਆਂ, ਇਹਦੇ ਵਿੱਚ ਠੰਡੇ ਬਸਤਿਆਂ ਦੇ ਵਿੱਚ ਵੀ ਗੱਲ ਪਾ ਦਿੱਤੀ ਜਾਂਦੀ ਆ, ਲੋਕਾਂ ਨੂੰ ਸਿਰਫ ਸਵਾਲ ਜਵਾਬ ਦੇ ਉਲਝਾ ਦਿੱਤਾ ਜਾਂਦਾ। ਜਿਹੜੀ ਚੋਣ, ਜੇ ਧਾਰਮਿਕ ਚੋਣ ਨੇੜੇ ਆ ਜਾਂਦੀ ਹੈ ਤੇ ਧਾਰਮਿਕ ਬਿਆਨਬਾਜ਼ੀਆਂ, ਬੰਦੀ ਸਿੰਘਾਂ ਦੀਆਂ ਬਿਆਨਬਾਜ਼ੀਆਂ, 84 ਦੇ ਮਸਲੇ, ਬਰਗਾੜੀ ਦੇ ਮਸਲੇ, ਹੋਰ ਸਾਡੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬੇਅਦਬੀ ਦੇ ਮਸਲੇ, ਏਦਾਂ ਦੇ ਮਸਲਿਆਂ ਨੂੰ ਅੱਗੇ ਲਿਆਂਦਾ ਜਾਂਦਾ। ਪਰ ਤੁਸੀਂ ਇਹ ਚੀਜ਼ ਨੋਟਿਸ ਕਰੋ ਕਿ ਕਿਸੇ ਵੀ ਏਦਾਂ ਦੇ ਧਾਰਮਿਕ ਮਸਲੇ ਦੇ ਵਿੱਚ ਕਿਸੇ ਚੀਜ਼ ਨੂੰ ਐਡਰੈਸ ਕਰਨ ਤੋਂ ਬਾਅਦ ਡਿਲੀਵਰ ਕੀ ਕੀਤਾ ਗਿਆ? ਜਿਹੜੀਆਂ ਸਰਕਾਰਾਂ ਇਹ ਕਹਿੰਦੀਆਂ ਰਹੀਆਂ ਕਿ ਅਸੀਂ ਮਿੰਟਾਂ ਸਕਿੰਟਾਂ ਦੇ ਵਿੱਚ ਕੁੱਝ ਚੰਦ ਘੰਟਿਆਂ 'ਚ ਇਨਸਾਫ਼ ਦੇ ਦਾਂਗੇ, ਕੀ ਉਹ ਇਨਸਾਫ਼ ਦੇ ਪਾਏ? ਕੀ ਇਹੋ ਹੀ ਮੁੱਦੇ ਜਿਹੜੇ ਬੰਦੀ ਸਿੰਘਾਂ ਦੀ ਰਿਹਾਈ ਦੇ ਸਾਲਾਂ ਤੋਂ ਚੱਲ ਰਹੇ ਆ? ਰਾਜੋਆਣਾ ਦਾ ਮੁੱਦਾ ਬੜਾ ਲੰਬਾ ਚੱਲ ਰਿਹਾ, ਹਵਾਰਾ ਮੁੱਦਾ ਬੜਾ ਲੰਬਾ ਚੱਲ ਰਿਹਾ, ਕਈ ਸਰਕਾਰਾਂ ਆਈਆਂ, ਕਈ ਸਰਕਾਰਾਂ ਗਈਆਂ, ਕਿੰਨਾ ਨੇ ਇਸ ਗੱਲ ਦੇ ਉੱਤੇ ਲੋਕਾਂ ਨੂੰ ਸਪਸ਼ਟ ਕੋਈ ਜਵਾਬ ਦਿੱਤਾ? ਇਹ ਸਿਰਫ ਬਿਆਨਬਾਜ਼ੀਆਂ ਤੱਕ ਹੀ ਗੱਲ ਸੀਮਤ ਰਹਿ ਗਈ ਹੈ, ਜੋ ਕਿ ਬੜੀ ਸ਼ਰਮਨਾਕ ਗੱਲ ਹੈ। ਪਵਨ ਜੀ, ਸਾਡੇ ਨਾਲ ਜੁੜਨ ਲਈ ਤੇ ਸਾਡੇ ਦਰਸ਼ਕਾਂ ਨੂੰ ਪੂਰੀ ਜਾਣਕਾਰੀ ਦੇਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਥੈਂਕ ਯੂ ਜੀ। ਸੋ ਇਹ ਸਨ ਸਾਡੇ ਸਿਆਸੀ ਮਾਮਲਿਆਂ ਦੇ ਮਾਹਿਰ ਪਵਨਦੀਪ ਸ਼ਰਮਾ। ਦੇਸ਼ ਔਰ ਦੁਨੀਆ ਦੀ ਬਾਕੀ ਖਬਰਾਂ ਲਈ ਦੇਖਦੇ ਰਹੋ ਤੁਸੀਂ ਏਵੀ ਨਿਊਜ਼ ਪੰਜਾਬੀ। ਦੇਸ਼ ਦੁਨੀਆ ਦੀਆਂ ਨਵੀਆਂ ਤੇ ਤਾਜ਼ੀਆਂ ਤਰੀਨ ਖਬਰਾਂ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ, ਲਾਈਕ ਕਰੋ ਤੇ ਬੈਲ ਆਈਕਨ ਤੇ ਕਲਿੱਕ ਜ਼ਰੂਰ ਕਰੋ।